ਜੀ ਕੀ ਮੈਂ ਕਿਹਾ ਦੱਸੋ ਨਾ ਕੀ ਵਾਈਫਾਈ ਵਾਲਾ ਸਰਾਣਾ ਹੁੰਦਾ ਗੱਲ ਕਰ ਕੇ ਚਾਲੀ ਸਾਹਿਬ ਪੀਤਾ ਵਾਲਾ ਸਮੋਸਾ ਹੁੰਦਾ ਤੁਸੀਂ ਵੀ ਕੁਝ ਕਰ ਲਓ ਸਹੀ ਗੱਲ ਗਲੀ ਦਾ ਆਖਰੀ ਕਟਰ ਹੁੰਦਾ ਯਾਨੀ ਉਧਰੋਂ ਆਉਂਦਾ ਪਹਿਲਾਂ ਹਾਂਜੀ ਹਾਂਜੀ ਮੈਂ ਟੈਕਨੀਕਲ ਤੈਨੂੰ ਗੱਲ ਕਰਾਂਗਾ ਸਹੀ ਹੋ ਠੀਕ ਹੈ ਨਾ ਹਾਂ ਕੀ ਹਾਂ ਸਲੇਟ ਤੇ ਬਿਸਤਰਾ ਕੀਤਾ ਹੁੰਦਾ ਰਾਜਾ ਭਾਈ ਕੀ ਹਾਲ ਹੈ ਰਾਜਾ ਭਾਈ ਆਪ ਰਾਜਾ ਕਿਉਂ ਨਾਮ ਹੈ ਆਪਕਾ ਨਾਈ ਹੈ ਆਪ ਨਹੀਂ ਨਹੀਂ ਨਾਈ ਯਾਰ ਨਾਈਆਂ ਨੂੰ ਰਾਜਾ ਕਹਿੰਦੇ ਨੇ ਨਾਈ ਤੇ ਨਹੀਂ ਕਸਾਈ ਕਸਾਈ ਰਾਜੇ ਕਿਹੜੇ ਹੁੰਦੇ ਉਹ ਨਵੇਂ ਹੁੰਦੇ ਅੱਛਾ ਹੈ ਤੂੰ ਰਾਜਾ ਵਾਂ ਕੰਮ ਕਸਾਈਆਂ ਦਾ ਯਾਨੀ ਗੋਸ਼ਤ ਵੀ ਕੰਗੀ ਕੈਂਚੀ ਨਾਲ ਕੱਟਦਾ ਸੋਹਣਾ ਨਾਪ ਗਿਆ ਹੈ ਹੈਂ ਮਤਲਬ ਸ਼ੇਵ ਕਰਕੇ ਦਸਤੀ ਦੀ ਹਾਂ ਕੋਠ ਦੀ ਅੱਛੀ ਕਟਿੰਗ ਕਟਿੰਗ ਕਰਕੇ ਕਿਉਂਕਿ ਰਾਜਾ ਨਾ ਤਾਂ ਨਾਈ ਆ ਹੈਂ ਜਿੱਥੇ ਬੱਕਰਾ ਕੱਟਦਾ ਸਾਹਮਣੇ ਸ਼ੀਸ਼ੇ ਵੀ ਲਾਏ ਹੋਣੇ ਆਏ ਹੈ ਨਾ ਅੱਛਾ ਭੈਣੇ ਦੱਸੋ ਕਿ ਕੋਈ ਅੱਛੀ ਜੀ ਕੋਈ ਐਸੀ ਜੁਗਤ ਕੋਈ ਜਿਹੜੀ ਸਪੀਡ 'ਚ 5-7 ਜੁਗਤਾਂ ਤੁਸੀਂ ਮੈਨੂੰ ਕਰ ਦਿਓ ਹਾਂ ਕਵਰ ਦੀ ਬੈਲ ਹੁੰਦੀ ਪੱਠੇ ਖਾਣ ਵਾਲੀ ਚਿੰਗ ਚਿੰਗੀ ਹੁੰਦੀ ਪੱਠੇ ਖਾਣ ਵਾਲੀ ਚਿੰਗ ਚਿੰਗੀ ਹੁੰਦੀ ਕੀ ਚੰਜ ਮੰਗਣ ਵਾਲੀ ਦੀ ਸਾਈਕਲ ਹੁੰਦੀ ਅੱਛਾ ਚੁੱਕੀ ਦਾ ਮੀਟਰ ਹੁੰਦਾ ਹਾਂ ਇਹ ਰਹਿ ਗਈ ਮੋਮਬੱਤੀ ਦਾ ਬਿੱਲ ਹੁੰਦਾ ਹਾਂ ਇਹ ਵੀ ਹਾਂ ਹੋਇਆ ਕੱਚ ਥੋੜ੍ਹੇ ਨਾਲ ਸੂਟ ਇਸਤਰੀ ਕਰਵਾਇਆ ਹੁੰਦਾ ਚਲੋ ਹੋਰ ਹੋਰ ਤੂੰ ਕੋਈ ਸਾਹ ਹੁਣ ਦੂਸਰਾ ਧਿਆਨ ਦਿਓ ਅੱਛਾ ਚਲੋ ਜੀ ਭਾਈ ਤੁਸੀਂ ਕੋਈ ਅੱਛੀ ਜੀ ਜੁਗਤ ਭਾਈ ਨੇ ਮੇਰੇ ਯਾਰ ਮੱਖੀ ਦੀ ਸਾੜੀ ਹੁੰਦੀ ਸੈਮਸੰਗ ਵਾਲਿਆਂ ਦਾ ਬੂਟ ਹੁੰਦਾ ਉਹ ਸੈਮਸੰਗ ਨਹੀਂ ਚਲੋ ਜੀ ਹਾਂ ਵਾਲਾ ਚਿੰਨ ਹੁੰਦਾ ਕੂੰਗੀ ਬਿੱਲੀ ਹੁੰਦੀ ਓਏ ਗੁੱਡ ਹਾਂਜੀ ਲੈ ਵੀ ਗੁੱਡ ਕਾਹੇ ਤੋਂ ਗੁੱਡ ਅੰਨਿਆਂ ਦਾ ਵਟਸਐਪ ਹੁੰਦਾ ਅੱਛੀ ਗੱਲ ਮਰੇ ਪਹੁੰਚੇ ਚ ਪੈਸੇ ਲੁਕਾਏ ਹੁੰਦੇ ਤੂੰ ਪਹੁੰਚੇ ਕਾਫੀ ਦੇਰ ਬਾਅਦ ਪਹੁੰਚਿਆ ਤੂੰ ਹਾਂਜੀ ਭਾਈ ਦਾ ਮੂੰਹ ਦੇਖੋ ਵਾਕਰ ਦਾ ਟੀਟੀ ਹੁੰਦਾ ਭਾਈ ਨੂੰ ਰਿਸ਼ਾਨਾ ਗਏ ਨੇ ਤੇ ਉਹਨੇ ਪੁੱਛਿਆ ਕੀ ਕੰਮ ਕਰਨਾ ਕਹਿੰਦਾ ਟੱਚ ਸ਼ਵਾਰਮਾ ਬਣਾਉਂਦਾ ਮੈਂ ਲੋ ਜੀ ਵੈਲਕਮ ਬੈਕ ਨਾਦਰੀਨ ਪ੍ਰੋਗਰਾਮ ਮੈਂ ਦੁਬਾਰਾ ਖੁਸ਼ ਆਮਦੀ ਅਸੀਂ ਹੁਣ ਬਹਿ ਗਏ ਨਾਦਰੀਨ ਕਰੈਕਟਰ ਆ ਮਾਸ਼ਾਅੱਲਾ ਸਾਡਾ ਨਵੇਂ ਆਇਆ ਸਰ ਤੁਹਾਡਾ ਨਾਮ ਕੀ ਰਮਜ਼ਾਨ ਨਹੀਂ ਇਹ ਤੇ ਹਲੇ 2 ਮਹੀਨੇ ਬਾਅਦ ਨਾ ਹੁਣ ਕੀ ਨਾਮ ਬੰਟੂ ਬੰਟੂ ਇਹ ਨਾਂ ਦੱਸੋ ਨਾ ਰਮਜ਼ਾਨ ਦੇ ਹਲੇ ਮਾਸ਼ਾਅੱਲਾ ਤੁਹਾਡਾ ਨਾਮ ਰਾਜਾ ਔਰ ਅੱਜ ਤੂੰ ਤੇ ਉਹੀ ਹੈ ਸਰ ਕੁਝ ਜੁਗਤ ਅੱਛੀ ਭਾਈ ਦਾ ਮੂੰਹ ਇੰਜ ਹੀ ਘੱਟ ਵਾਲੀ ਉਂਗਲ ਹੁੰਦੀ 6 ਉਂਗਲਾਂ ਵਾਲਾ ਪੈਰ ਹੁੰਦਾ ਇਹ ਤੁਸੀਂ ਉਂਗਲਾਂ ਵਾਧਾ ਘਾਟਾ ਕਰਕੇ ਜੁਗਤਾਂ ਬਣਾਈ ਜਾ ਰਹੇ ਮੈਂ ਰਾਜਾ ਵਾ ਕਿਸ਼ਤਾਂ ਦੀ ਦੁਕਾਨ ਤੇ ਜਾ ਕੇ ਕਹਿੰਦਾ 100 ਰੁਪਿਆ ਕਿਸ਼ਤਾਂ ਦੇ ਦੇ ਦਿਓ ਝੂਠਾ ਬੰਦਾ ਹੈਗਾ ਹਾਂ ਕਿੱਦਾਂ ਝੂਠਾ ਹੈ ਕਿੱਦਾਂ ਜੇਬ ਵਿੱਚ ਬਜਰੀ ਪਾ ਘਰ ਵਾਲਿਆਂ ਨੇ ਕਹਿੰਦਾ ਮੈਨੂੰ ਪੱਤਰੀ ਹੋ ਗਈ ਪੈਟਰੋਲ ਪੰਪ ਤੇ ਬੱਤੀਆਂ ਲੱਗੀਆਂ ਉੱਥੇ ਜਾ ਕੇ ਕਹਿੰਦਾ ਹਾਈ ਸਾਹਿਬ ਬਰਾਤ ਕਿੰਨੇ ਵਜੇ ਆਣੀ ਓਏ ਉਹਨੇ ਨਵਾਂ ਪੈਟਰੋਲ ਪੰਪ ਖੋਲਿਆ ਸੀ ਉਹਨੇ ਇਸ ਤੋਂ ਬੱਤੀਆਂ ਲਾਈਆਂ ਸੀ ਕਸਮੇ ਪੈਟਰੋਲ ਪੰਪ ਦੀ ਬਿਲਕੁਲ ਬੈਕ ਤੇ ਘਰ ਲੈ ਕੇ ਨਾ ਥੱਲਿਓਂ ਦੀ ਉਧਰੋਂ ਦੀ ਪੈਪ ਕੱਢ ਕੇ ਉਧਰੋਂ ਦੀ ਪੈਟਰੋਲ ਕੱਢ ਰਿਹਾ ਤੇ ਪਿਛਲੀ ਸਾਈਡ ਤੇ ਆਪਣਾ ਪੰਪ ਬੜਾਇਆ ਅੱਛਾ ਇੱਕ ਦਿਨ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਬੰਦ ਕਰਤਾ ਤੇ ਗਾਹਕ ਆਇਆ ਕਹਿੰਦਾ ਪੈਟਰੋਲ ਕਹਿੰਦਾ ਪਿੱਛੋਂ ਹੀ ਨਹੀਂ ਆ ਰਿਹਾ ਜਰਾਨ ਜਾ ਕੇ ਕਹਿੰਦਾ ਮੇਰੀ ਲੱਤ ਟੁੱਟ ਗਈ ਉਹਨੇ ਕਿਹਾ ਪਲਸਤਰ ਹੋਣਾ ਤੇ 2 ਬੋਰੀਆਂ ਸੀਮੈਂਟ ਦੀਆਂ ਲੈ ਗਏ ਹਾਂਜੀ ਭੈਣ ਸਰ ਤੁਹਾਡਾ ਨਾਮ ਕੀ ਅਲੀ ਹੈਦਰ ਮਾਸ਼ਾਅੱਲਾ ਅਲੀ ਹੈਦਰ ਦੁੱਧ ਵਾਲੀ ਦੁਕਾਨ ਤੇ ਜਾ ਕੇ ਕਹਿੰਦਾ 10 ਰੁਪਏ ਦਾ ਦੁੱਧ ਹੈ ਤੇ ਕੁੱਤੇ ਨੇ ਪੀਣਾ ਉਹ ਕਹਿੰਦਾ ਇੱਥੇ ਪੀਣੇ ਕਿ ਲੈ ਕੇ ਜਾਣੇ ਲਓ ਜੀ ਮੇਰਾ ਅੰਦਾਜ਼ਾ ਵਾ ਕਿ ਇਹਨੇ ਉੱਥੇ ਪੀਤਾ ਹੋਣਾ ਵਾ ਰਕੀਮ ਸਾਹਿਬ ਮੈਨੂੰ ਭੁੱਖ ਨਹੀਂ ਲੱਗਦੀ ਉਹ ਕਹਿੰਦਾ ਆਪਣੀ ਰੋਟੀ ਮੈਂ ਦੇ ਜਿਆਗਾ ਨਹੀਂ ਲੱਗਦੀ ਮੈਡੀਕਲ ਸਟੋਰ ਤੇ ਜਾ ਕੇ ਕਹਿੰਦਾ ਟਿਊਬ ਦੇ ਦਿਓ ਉਹਨੇ ਕਿਹਾ ਜ਼ਖਮਾਂ ਤੇ ਲਾਣ ਵਾਲੀ ਕਹਿੰਦਾ ਨਹੀਂ ਨਹਿਰ ਤੇ ਨਾਣ ਵਾਲੀ ਆ ਸਹੀ ਗੱਲ ਹੈ ਤੁਹਾਡਾ ਨਾਮ ਸਰ ਹਸਨ ਜਵੇਦ ਇਹ ਦੇਖੋ ਜ਼ਰਾ ਪਿੱਤਲ ਦਾ ਊਂਠ ਹੁੰਦਾ ਸੁਲਜੀ ਉਹਨੇ ਸਟਾਰਟ ਕਿਵੇਂ ਕੀਤਾ ਕਿ ਪਿੱਤਲ ਦਾ ਊਂਠ ਹੁੰਦਾ ਡਾਕਟਰ ਨੇ ਜਾ ਕੇ ਕਹਿੰਦਾ ਮੈਨੂੰ ਪਸੀਨਾ ਨਹੀਂ ਆਉਂਦਾ ਉਹ ਕਹਿੰਦਾ ਬਿੱਲ ਬਣਨੇ ਹੁਣੇ ਬਹੁਤ ਜ਼ਿਆਦਾ ਆਏਗਾ ਗੋਸ਼ਤ ਲੈਣ ਗਏ ਭਾਈ ਪਾ ਗੋਸ਼ ਦੇ ਦਿਓ ਕਹਿੰਦਾ ਬੋਟੀ ਕਿੱਡੀ ਕਿੱਡੀ ਲੱਗਦੀ ਕਹਿੰਦਾ ਐਡੀ ਐਡੀ ਰੱਖ ਪਾ ਗੋਸ਼ ਦੀ ਪਾਈਆ ਭਾਗੀੜਾ ਜਹਾਜ਼ ਵਿੱਚ ਬਹਿ ਕੇ ਨਾਲ ਦੀ ਸਵਾਰੀ ਨੂੰ ਪੁੱਛ ਰਿਹਾ ਇਹ ਮੋਟਰਵੇ ਥਾਣੀ ਉੱਥੇ ਨਹੀਂ ਜਾਣਗੇ ਡਾਕਟਰ ਕੋ ਗਏ ਨੇ ਡਾਕਟਰ ਨੂੰ ਕਹਿੰਦਾ ਯਾਰ ਮੇਰੇ ਦਿਲ ਨੂੰ ਖੂਨ ਨਹੀਂ ਪਹੁੰਚ ਰਿਹਾ ਉਹ ਕਹਿੰਦਾ ਪਲੰਬਰ ਨੂੰ ਦਿਖਾ ਤੇਰਾ ਬੋਰਡ ਦੁਬਾਰਾ ਹੋਣ ਵਾਲਾ ਨਾਈ ਨੂੰ ਜਾ ਕਹਿੰਦੇ ਕਿੰਨੇ ਵਜੇ ਬੰਦ ਕਰਨਾ ਉਹਨੇ ਕਿਹਾ ਕਿ ਉਹ ਸ਼ੇਵ ਕਰਾਉਣੀ ਕਹਿੰਦਾ ਨਹੀਂ ਮੈਂ ਥੜੀ ਤੇ ਸੋਣਾ ਇਹਨੇ ਕੁੱਤਾ ਪਾਲਿਆ ਤੇ ਉਹਨੂੰ ਕੁਝ ਪਾਉਂਦੇ ਹੀ ਨਹੀਂ ਸੀ ਉਹ ਕਹਿੰਦਾ ਮੈਨੂੰ ਕੁਝ ਪਾਉਣਾ ਤਾਂ ਭਾਈ ਕੰਮ ਤੇ ਹੀ ਲਵਾ ਦਿਓ
ਨਹੀਂ ਸਵੇਰੇ 6 ਵਜੇ ਉੱਠਿਆ ਕੁੱਤਾ। ਅੱਛਾ ਹਫਤਾ ਰਿਹਾ ਕੁਛ ਨਹੀਂ ਪਾਇਆ, ਸਵੇਰੇ 6 ਵਜੇ ਉੱਠਿਆ ਉਹਨੇ ਕਈ ਫੜੀ ਜਾਣ ਲੱਗਿਆ ਉਹਨੂੰ ਕਹਿੰਦਾ ਬੂਹਾ ਲਾ ਲਓ ਮੈਂ ਕੰਮ 'ਤੇ ਚੱਲਾਂ ਹੈਨਾ। ਇਹ ਦੋਵੇਂ ਸਟਾਫ ਦੇ ਖਲੋਤੇ, ਮੈਂ ਕਿਹਾ ਕਿੰਨੇ ਨੰਬਰ ਵੈਗਨ 'ਤੇ ਜਾਣਾ, ਕਹਿੰਦਾ ਇੱਕ। ਮੈਂ ਕਿਹਾ ਤੂੰ, ਕਹਿੰਦਾ ਇੱਕ ਯਾਰ, ਆਈ ਦੋ ਵੀ ਚਲੇ ਗਏ ਇੱਕ। ਇਹ ਭੱਜਾ ਭੱਜਾ ਛੱਤ 'ਤੇ ਗਿਆ ਆਪਣੇ ਭਰਾ ਨੂੰ ਕਹਿੰਦਾ ਮੈਨੂੰ ਖੁਸ਼ਕੀ ਹੋਈ, ਉਹਨੇ ਉਹਨੂੰ ਹੈਂਡਲ ਸ਼ੋਲਡਰ ਪਿਆ ਤਾ। ਆਹੋ ਡੈਂਡਰ ਦੇ ਵੱਡੇ ਭਰਾ ਨੇ ਕਿਹਾ ਮੈਨੂੰ ਪੱਟ ਫਿਰ ਦੇਣ ਤੇ ਆਪ ਇਸਤਰੀ ਦੇ ਦਿੱਤੀ। ਆਹੋ ਸਹੀ ਗੱਲ ਆ। ਭੈਣ ਹੋਰ ਨੇ ਬਸੰਤ ਦੇ ਗੁੱਡਾ ਉਡਾਇਆ ਬਦਲਾ 'ਚ ਲੈ ਗਏ ਨੂੰ, ਤੂੰ ਦਾਦਾ 'ਚ ਮੇਲ ਲਿਆ। ਹਾਂਜੀ ਭਾਈ, ਹਰੀ ਰਕਸ਼ਾ ਚਲਾਉਂਦੇ ਸੀ। ਅੱਛਾ ਜੀ। ਸਵਾਰੀ ਆ ਗਈ, ਕਹਿੰਦੀ ਪਾਣੀ ਵਾਲੇ ਤਲਾਅ 'ਤੇ ਜਾਣਾ, ਕਹਿੰਦਾ ਨਹੀਂ ਮੈਨੂੰ ਤੈਰਨਾ ਨਹੀਂ ਆਉਂਦਾ, ਨੇਜ਼ੇ ਨਾਲ ਗੁੱਡਾ ਲੁੱਟਿਆ ਹੁੰਦਾ। ਜੰਗਲ 'ਚ ਗਏ ਨੇ ਅਤੇ ਚਿਰਾਗ ਸਾਇਆ ਜੀ ਨਾਜ਼ਰ ਹੋ ਗਿਆ, ਅਤੇ ਜੀ ਨੇ ਕਹਿੰਦਾ ਕਿਆ ਹੁਕਮ ਮੇਰੇ ਅੱਗੇ, ਕਹਿੰਦਾ ਜਾ ਸਦਕੇ ਦੀਆਂ ਰੋਟੀਆਂ ਲਿਆ। ਦਿਲ ਦੇ ਵਾਲ ਖਰਾਬ ਹੋ ਗਏ ਨੇ, ਦਿਲ ਦੇ ਵਾਲ ਖਰਾਬ ਡਾਕਟਰਾਂ ਨੇ ਕਿਹਾ ਤੇਰੇ ਦਿਲ ਦੇ ਵਾਲ ਬਣਨੇ ਤੇ ਆਪ ਨਾਈ ਕੋਲ ਇੰਨੇ ਬੜੇ ਵਾਲ ਲੈਣ ਚਲਾ ਗਏ, ਕਹਿੰਦੇ ਇਹਨਾਂ ਦੀ ਇੱਕ ਮੈਚ ਹੋ ਜਾਏਗਾ। ਭਾਈ ਨੂੰ ਵੀ ਡਾਕਟਰ ਨੇ ਕਿਹਾ ਤੇਰੇ ਦਿਲ ਦਾ ਵਾਲ ਬਣਦਾ ਤੇ ਪੇਚਕਸ ਲੈਣ ਚਲਾ ਗਿਆ, ਕਹਿੰਦਾ ਹੈਂ ਗੱਲ ਵੱਡੀ ਕਰ ਰਹੀ। ਪਲੰਬਰ ਹੁੰਦਾ ਸੀ ਪਲੰਬਰ, ਇੱਕ ਬੰਦਾ ਆਇਆ ਕਹਿੰਦਾ ਯਾਰ ਬੋਰ ਕਰਨਾ ਘਰ, ਕਹਿੰਦਾ ਬੋਰ ਕਰਨਾ, ਕਹਿੰਦਾ ਓਕੇ ਘਰ ਲੈ ਗਿਆ। ਉਹਨੇ ਕਿਹਾ ਚਲੋ ਜੀ ਇੱਥੇ ਬੋਰ ਕਰ ਦਿਓ। ਉੱਥੇ ਬਹਿ ਕੇ ਜੂ ਉਹਨੂੰ ਫਿੱਕੀਆਂ ਕਹਾਣੀਆਂ ਸੁਣਾਉਣ ਲੱਗਾ, ਉਹ ਡੇਢ ਘੰਟੇ 'ਚ ਕਹਿੰਦਾ ਹਾਂਜੀ ਬੋਰ ਹੋ ਗਏ ਫੁੱਲ, ਕਹਿੰਦਾ ਜੀ ਹੋ ਗਿਆ, ਕਹਿੰਦਾ ਲਿਆ ਪੈਸੇ ਦਿਓ ਮੈਂ ਜਾਊਂ। ਨੈਸ਼ਾ ਜ਼ਮੀਨ ਵਾਲਾ ਬੋਰ ਕਰਨਾ। ਭੈਣ ਹੋਰੀ ਕਿਤੇ ਦਰਬਾਰ 'ਤੇ ਗਏ ਨੇ ਤੋ ਕਹਿੰਦਾ ਮੇਰੇ ਘਰ ਪੁੱਤਰ ਹੋਏਗਾ ਤਾਂ ਮੈਂ ਸੋਨੇ ਦਾ ਚੂਹਾ ਚੜਾਵਾਂਗਾ, ਇਹ ਕਹਿੰਦਾ ਮੇਰੇ ਘਰ ਪੁੱਤਰ ਹੋਏਗਾ ਮੈਂ ਚਾਂਦੀ ਦਾ ਚੜਾਵਾਂਗਾ, ਅਤੇ ਪਿੱਛੇ ਦਾ ਦੋਸਤ ਕਹਿੰਦਾ ਕਹਿੰਦਾ ਮੈਂ ਖਿੜਕੀ ਲੈ ਆਵਾਂ। ਜੀ ਉਹ ਕੀੜੀ ਇਹ ਵੀ ਨਵਾਂ ਨਵਾਂ ਨਾ ਬੰਬ ਰੱਖਣ ਗਿਆ ਕਿਤੇ, ਅਤੇ ਐਡਾ ਮਾਸੂਮ ਸ਼ਰੀਫ ਆਦਮੀ ਸੀ, ਇੱਕ ਦੁਕਾਨ ਦੇ ਕੋਲ ਬੰਬ ਰੱਖ ਕੇ ਨਾ ਉਹਨੂੰ ਕਹਿੰਦਾ ਭੈਣ ਇਹ ਜੇ ਚੱਲ ਗਿਆ ਠੀਕ ਆ, ਨਹੀਂ ਤਾਂ ਮੈਂ ਵਾਪਸ ਲੈ ਜਾਂਗਾ। ਬੰਬ ਲੈਣ ਗਿਆ ਤਾਂ ਪੁਲਿਸ ਪੈ ਗਈ, ਕਹਿੰਦਾ ਕਿਲੋ ਬਰਫੀ ਬੰਬ ਦੇ ਦੇ। ਫਾਂਸੀ ਦੀ ਸਜ਼ਾ ਹੋਈ। ਅੱਛਾ ਤੇ ਜੱਜ ਨੇ ਪੁੱਛਿਆ ਤੇਰੀ ਆਖਰੀ ਖੁਆਜ, ਕਹਿੰਦਾ ਮੈਂ ਸਰੰਗੀ ਸਿੱਖਣੀ, ਤੇ ਉਹਨੇ ਇਹਦੇ ਕੋਲ ਪੁੱਛਿਆ ਤੇਰੀ ਆਖਰੀ ਖੁਆਜ, ਕਹਿੰਦਾ ਮੈਂ ਇਹਦੇ ਕੋਲੋਂ ਸਿੱਖਣੀ। 24 ਸਾਲ ਲੰਘ ਗਏ ਨੇ, 12 ਸਾਲ ਉਹ ਤੇ 12 ਸਾਲ 24 ਸਾਲ ਲੰਘਾ ਲਏ ਨੇ ਆਪਣੇ। ਮਿਠਾਈ ਵਾਲੀ ਦੁਕਾਨ 'ਚ ਜਾ ਕੇ ਕਹਿੰਦਾ ਅੱਧਾ ਕਿਲੋ ਬਰਫੀ ਖਾ ਕੇ ਯਾਰ ਇੱਕ ਰਸਗੁੱਲਾ ਦੇ ਮੂੰਹ ਮਿੱਠਾ ਕਰਨਾ। ਉਹਨੇ ਕਿਹਾ ਪਹਿਲੇ ਤੂੰ ਸਾਬਣ ਖਾਧਾ। ਮੀਤਾ ਬੱਚਨ ਕੋ ਮਾਰ ਖਾ ਲਈ, ਮੀਤਾ ਬੱਚਨ ਕੋ ਕਿਉਂ ਉਹਦੀ ਲੋਹੇ ਦੀ ਬਾਣੀ 'ਚ ਕਬਾੜੀ ਇਹਨੂੰ ਦੇ ਆਇਆ। ਸ਼ੈਨ ਦਾ ਫਿਲਮ ਯਾਰ, ਕਿਆ ਬਾਤ ਆ ਯਾਰ। ਲਓ ਜੀ ਨਾਜ਼ਰੀਨ ਇਹ ਆਪਣਾ ਨਾਜ਼ਰੀਨ ਵੈਲਕਮ ਨਾ ਲੈ ਵੈਲਕਮ ਨਾ ਵੈਲਕਮ ਮੈਂ ਕਹਿਣ ਲੱਗਾ ਸੀ ਵੈਲਕਮ ਨੈਕ ਬੈਜ਼ਰੀਨ ਵੈਲਕਮ ਬੈਕ ਨਾਜ਼ਰੀਨ ਪ੍ਰੋਗਰਾਮ 'ਚ ਦੁਬਾਰਾ ਖੁਸ਼ ਆਮਦੀਦ ਤੇਰੇ ਸਾਡੇ ਨਾਲ ਨੇ ਇਹ ਮੇਰਾ ਭਰਾ ਕੀੜਾ ਖਾਂ ਇਹ ਲਾਲ ਬੇਗ ਖਾਂ ਇਹਨਾਂ ਦਾ ਬੰਦਾ ਇਹ ਵੀ ਨਹੀਂ ਕਹਿ ਸਕਦਾ ਜਾ ਤੈਨੂੰ ਕੀੜੇ ਪੈਣ ਤੇ ਹੈ ਉਹ ਸਮੁੰਦਰ ਤੂੰ ਕਿਹੜਾ ਖਾਂ ਸ਼ੇਰ ਖਾਂ ਸ਼ੇਰ ਖਾਂ ਸ਼ੇਰ ਖਾਂ ਸ਼ੇਰ ਖਾਂ ਸ਼ੇਰ ਖਾਂ ਲੋਟਾ ਖਾਂ ਸੁਪਰਮੈਨ ਸੀ ਤੇ ਗੂੰਗਾ ਸੀ ਸੁਪਰਮੈਨ ਸੀ ਤੇ ਲੰਗਰਾ ਸੀ ਅੱਛਾ ਸੁਪਰਮੈਨ ਸੀ ਤੇ ਫਲਾਂ ਵਾਲਾ ਕੋਈ ਨੂੰ ਰੇੜੀ ਤੇ ਖਿਲਾ ਰਹੇ ਮੈਂ ਕਿਹਾ ਕਿਉਂ ਨਹੀਂ ਇਹਨੂੰ ਖਲੋਣ ਦਿੰਦੇ ਕਹਿੰਦਾ ਮਾਲਟਾ ਚੁੱਕ ਕੇ ਉੱਡ ਜਾਂਦਾ ਢੋਣ ਵਾਲਾ ਸੁਪਰਮੈਨ ਹੁੰਦਾ ਕੋਈ ਗੱਲ ਹੋ ਸੁਪਰਮੈਨ ਫੁੱਲ ਗਰਮੀ 'ਚ ਬੱਤੀ ਗਈ ਤੇ ਆਪਣੇ ਹੀ ਉਹਨੂੰ ਇੱਦਾਂ ਕਰਕੇ ਨਾ ਉਹਦੇ ਨਾਲ ਚੱਲ ਰਿਹਾ ਹੈ
ਜਹਾਜ਼ ਵਿੱਚ ਪਹਿਲੀ ਵਾਰੀ ਬੈਠਾ ਹੁੰਦਾ ਅਗਲਾ ਪਈਆ ਚੁੱਕੇ ਕਹਿੰਦਾ ਉਹ ਥੱਲੇ ਲੈ ਲੈ ਸੁੱਟਣੀ ਕਬਰ 'ਚ ਭੁੱਖ ਨੰਗ ਆਈ ਮਾਰਾ ਦਾ ਮੂੰਹ ਇੰਜ ਹੱਥ ਦਾ ਕੀਮਾ ਹੁੰਦਾ ਇਹ ਵਾਲਾ ਨਹੀਂ ਦਾਦਾ ਫੋਤ ਹੋਏ ਨੇ ਇਹਦਾ ਵੱਡਾ ਭਰਾ ਕਹਿੰਦਾ ਦਾਦੇ ਨੂੰ ਬਰਫ ਲਾ ਕਹਿੰਦਾ ਉਹਨੂੰ ਕਿਹੜਾ ਪੋਲੀਓ ਦੇ ਟੀਕੇ ਲੱਗੇ ਅਗਲੀ ਗੱਲ ਪਾਰਾ ਦਾ ਵੀ ਦਾਦਾ ਮਰ ਗਿਆ ਉਹਨਾਂ ਨੇ ਕੋਲ ਬਰਫ ਰੱਖੀ ਤੇ ਉੱਠ ਕੇ ਵਿੱਚ ਚਲਾ ਗਏ ਸੁਪਰਮੈਨ ਤੇ ਲੋਕਾਂ ਦੇ ਉੱਡੇ ਹੋਏ ਗੁੱਡੇ ਤੋੜਦਾ ਆਹੋ ਸੁਪਰਮੈਨ ਤੇ ਲਿੱਤਰ ਖਾ ਲੇ ਮਹੱਲੇਦਾਰਾਂ ਕੋ ਉੱਡਿਆ ਨੀ ਸੀ ਜਾ ਰਿਹਾ ਦੌੜੀ ਜਾ ਰਹੇ ਪ੍ਰੈਸ਼ਰ ਚਲਾਇਆ ਭਾਵੇਂ ਉਹਨਾਂ ਘਰ ਘੋਸ਼ਿਤ ਪਕਾਇਆ ਤੇ ਗੈਸ ਭਰ ਗਿਆ ਉਹ 'ਚ ਤੇ ਹਾਜਮੂਲਾ ਪਾਤੀ ਉਹਦੇ 'ਚ